ਜਿੱਲੇ ਥਾਂ ਤੋਂ ਸੁੱਕੇ ਪਾ ਕੇ ਪਾਲੀ ਧੀ ਮਟਿਆਰ ਕਰਕੇ ਜਦੋਂ ਮਾਪੇ ਬਗਾਨੇ ਕਰ ਤੋੜ ਦਿੰਦੇ ਆ ਤੇ ਸੁੱਖਾਂ ਮਨਾਉਂਦੇ ਹਨ ਕਿ ਧੀ ਵੱਲੋਂ ਦੁੱਖ ਭਰਿਆ ਸੁਨੇਹਾ ਨਾ ਆਵੇ। 2 ਮਹੀਨੇ ਬੀਤ ਜਾਣ ਤੋਂ ਬਾਅਦ ਜਦ ਛਿੰਦੀ ਦਾ ਬਾਪੂ ਛਿੰਦੀ ਦੇ ਸਹੁਰੇ ਘਰ ਪਹੁੰਚਿਆ ਤੇ ਪੈਰਾਂ ਤੇ ਘੇਲ ਗਿਆ, ਚੰਦ ਵਰਗੀ ਧੀ ਕਾਲੀ ਧੂਏ ਵਰਗੀ ਹੋ ਗਈ, ਦੁੱਧ ਪੀਣੀ ਧੀ ਇੰਜ ਲੱਗੀ ਜਿਵੇਂ 10 ਦਿਨ ਦੀ ਭੁੱਖੀ ਹੋਵੇ, ਡਿੱਕ ਡੋਲੇ ਖਾਂਦਾ ਸਰੀਰ। ਬਾਪੂ ਨੇ ਬਾਹਾਂ ਚ ਕੁੱਟ ਲਿਆ, ਪਿਓ ਦੀਆਂ ਅੰਦਰਾਂ ਦੀ ਅੱਗ ਬਾਪੂ ਦੇ ਗਲ ਲੱਗ ਕੇ ਧਾ ਮਾਰ ਕੇ ਜੋ ਕੁਝ ਦੱਸਣ ਲੱਗੀ ਹੈ ਬਲਦੇਵ ਸਿੰਘ ਬਿੱਲੂ ਤੇ ਜਸਵੰਤ ਸਿੰਘ ਦੀਵਾਨਾ ਇਉਂ ਬਿਆਨ ਕਰਨ ਲੱਗੇ ਹੈ। ਹੁੰਦਾ ਨਹੀਂ ਵਪਾਰ ਬਾ।